गुड मॉर्निंग बेटे। एक साउंड की बहुत सोहनी क्रिया, ठीक है, धुनि नाल संबंधित क्रिया। क्रिया को करने लिए समान की चाहिए। आ मेरे हाथ च देख रहे हो एक हैंगर है, एक हैंगर है, एक थ्रेड है, धागे है। धागे नूं की कीता मैं इत्थे जिहड़े ने गंढ बंधती। गंढ बनने तो बाद मेरे को दो बराबर हिस्सों के विच जिहड़े ने धागा आ गया। उस धागे नूं की करना, दो फिंगर लैके इहदे उपर इस तरह दो बारी रोल करन तो बाद की करना, उहनूं जिहड़े ने असीं इस तरह कन्न दे विच जिहड़े ने लगा लांगे। लगान तो बाद की करना, असीं इस हैंगर नूं जिहड़े ने इस दरवाजे या किसी भी सोर्स नाल जिहड़े ने टकरावांगे। जदों टकरावांगे साडे जिहड़े ने कन्नां दे विच इक अजीब आवाज जिहड़ी है सुनाई दे। ਇਹ ਅਜੀਬ ਆਵਾਜ਼ ਕਿਉਂ ਆ ਰਹੀ ਹੈ ਇਹ ਦੁਆਰਾ ਫਿਰ ਮੈਂ ਕਰਕੇ ਦਿਖਾਣਾ। ਜਦੋਂ ਅਸੀਂ ਇਸ ਤਰ੍ਹਾਂ ਨੂੰ ਜਿਹੜੇ ਨੇ ਇਹਦੇ ਨਾਲ ਜਿਹੜੇ ਨੇ ਟਕਰਾਵਾਂਗੇ ਤਾਂ ਸਾਡੇ ਜਿਹੜੇ ਨੇ ਕੰਨਾਂ ਦੇ ਵਿੱਚ ਇੱਕ ਅਜੀਬ ਤਰ੍ਹਾਂ ਦੀ ਆਵਾਜ਼ ਜਿਹੜੀ ਹੈ, ਜਿਵੇਂ ਘੋਸ ਜਿਹੜੀ ਆਵਾਜ਼ ਹੁੰਦੀ ਹੈ ਉਸ ਤਰ੍ਹਾਂ ਦੀ ਆਵਾਜ਼ ਜਿਹੜੀ ਹੈ, ਇਸ ਤਰ੍ਹਾਂ ਦੀ ਆਵਾਜ਼ ਜਿਹੜੇ ਨੇ ਸਾਡੇ ਕੰਨਾਂ ਦੇ ਵਿੱਚ ਜਿਹੜੀ ਹੈ ਸੁਣਾਈ ਦੇਗੀ। ਇਹ ਇਸ ਤਰ੍ਹਾਂ ਕਿਉਂ ਹੁੰਦਾ ਇਸ ਦੇ ਬਾਰੇ ਜਿਹੜੇ ਨੇ ਤੁਸੀਂ ਕੋਸ਼ਿਸ਼ ਕਰਿਆ ਜੇ ਇਸ ਐਕਟੀਵਿਟੀ ਨੂੰ ਖੁਦ ਕਰਕੇ ਫਿਰ ਦੱਸਿਆ ਜੇ ਸਰ ਇਹ ਆਵਾਜ਼ ਇਸ ਤਰ੍ਹਾਂ ਕਿਉਂ ਪੈਦਾ ਹੁੰਦੀ ਹੈ, ਕਿਸ ਨਿਯਮ ਦੇ ਕਾਰਨ ਪੈਦਾ ਹੁੰਦੀ ਹੈ। ਹੁੰਦੀ ਤਾਂ ਸਾਨੂੰ ਪਤਾ ਹੈ ਵਾਈਬ੍ਰੇਸ਼ਨ ਦੇ ਕਾਰਨ ਹੈ ਕਿ ਇਹ ਆਵਾਜ਼ ਦਾ ਕਾਰਨ ਕੀ ਹੈ। ਜੇ ਕੋਈ ਬੱਚਾ ਕਰਕੇ ਵੇਖਣਾ ਚਾਹੁੰਦਾ ਹੈ ਤਾਂ ਆ ਜਾਓ ਬੇਟੇ, ਆ ਜਾਓ ਇੱਕ ਜੀ ਨਾਲ, ਆ ਜਾ ਆ ਜਾ ਆ ਜਾ ਬੇਟੇ। ਹਾਂ ਹੁਣ ਇਹ ਜਿਹੜੇ ਨੇ ਜਿਹੜੇ ਨੇ ਕਰਕੇ ਦੇਖੇਗਾ, ਆ ਉਂਗਲ ਲੈ ਲਓ ਬੇਟੇ, ਤੁਹਾਨੂੰ ਇਹਨੂੰ ਉਂਗਲ ਤੇ ਲਪੇਟ ਲਾ ਕਰ ਜੋਰ ਦੀ ਮਾਰਨਾ। ਆਵਾਜ਼ ਸੁਣਾਈ ਦਿੰਦੀ ਹੈ, ਕਿਸ ਤਰ੍ਹਾਂ ਦੀ ਆਵਾਜ਼ ਮਹਿਸੂਸ ਕਰ ਰਹੇ ਆ ਬੇਟੇ ਤੂੰ? ਅਜੀਬ ਆਵਾਜ਼ ਆ ਰਹੀ ਹੈ ਤੇਰੇ ਕੰਨਾਂ ਚ ਕਿ ਨਹੀਂ ਆ ਰਹੀ? ਆ ਰਹੀ ਹੈ। ਇਹ ਇਸ ਤਰ੍ਹਾਂ ਦੀ ਆਵਾਜ਼ ਕਿਉਂ ਆ ਰਹੀ ਹੈ, ਇਸਦਾ ਕੀ ਕਾਰਨ ਹੈ, ਇਹ ਤੁਸੀਂ ਮੈਨੂੰ ਜਿਹੜੇ ਨੇ ਆਪਦੇ ਕਮੈਂਟ ਬਾਕਸ ਦੇ ਵਿੱਚ ਜਿਹੜੇ ਨੇ ਇਹਦਾ ਆਨਸਰ ਦੇ ਦਿਆ ਜੇ। ਤਾਂ ਇਹ ਸੀ ਸਾਡੀ ਅੱਜ ਦੀ ਬਹੁਤ ਸੋਹਣੀ ਕਿਰਿਆ ਧੁਨੀ ਨਾਲ ਸੰਬੰਧਿਤ। ਕੋਈ ਜ਼ਿਆਦਾ ਸਮਾਨ ਵੀ ਚਾਹੀਦਾ, ਨਹੀਂ ਜ਼ਿਆਦਾ ਚਾਹੀਦਾ, ਹੈਂਗਰ ਚਾਹੀਦਾ, ਥਰੈਡ ਚਾਹੀਦਾ। ਹੈਂਗਰ ਆਪਣੇ ਘਰੇ ਆਮ ਤੌਰ ਤੇ ਹੁੰਦਾ ਹੀ ਹੈ, ਥਰੈਡ ਵੀ ਅਵੇਲੇਬਲ ਹੈ। ਤਾਂ ਤੁਸੀਂ ਇਹ ਜਿਹੜੀ ਐਕਟੀਵਿਟੀ ਅੱਜ ਸਾਰੇ ਜਿਹੜੇ ਨੇ ਘਰ ਜਾ ਕੇ ਕਰਕੇ ਦੇਖਿਆ ਜੇ, ਫਿਰ ਦੱਸਿਆ ਜੀ ਇਸ ਦਾ ਕਾਰਨ ਕੀ ਹੈ। ਥੈਂਕ ਯੂ ਵੈਰੀ ਮਚ।